ਉਹਨਾਂ ਨੂੰ ਸਾਡੀ ਕਮਜ਼ੋਰੀ ਵੀ ਦਿਸ ਪਈ ਹੈ ਬਈ ਇਹ ਤੇ ਆਪਸ ਵਿੱਚ ਹੀ ਲੜਦੇ ਨੇ ਜਿਹੜੀ ਤਾਕਤ ਇਹਨਾਂ ਕੋਲ ਹੈ ਆਪਸ ਵਿੱਚ ਹੀ ਲੜਦੇ ਨੇ ਜਿਹੜਾ ਆਪਸ ਵਿੱਚ ਲੜੇ ਕੌਮ ਦਰੋਈ ਹੈ ਬਸ ਇੰਨਾ ਸਮਝ ਲਓ ਉਹੀ ਗੁਰੂ ਦਰੋਈ ਹੈ ਉਹੀ ਕੌਮ ਦਰੋਈ ਹੈ ਮੈਂ ਉੱਥੇ ਰਾਮਲੀਲਾ ਗਰਾਉਂਡ ਦੇ ਚਾਰ ਸ਼ਬਦ ਕਹੇ ਬਈ ਸਾਲ ਦੇ ਸਾਲ ਇੱਥੇ ਰਾਮਲੀਲਾ ਖੇਡੀ ਜਾਂਦੀ ਹੈ ਔਰ ਇੰਨਾ ਵੱਡਾ ਗਰਾਊਂਡ ਇਹ ਦਿੱਲੀ ਦਾ ਇਸਦਾ ਨਾਂ ਵੀ ਰਾਮਲੀਲਾ ਗਰਾਊਂਡ ਹੈ ਔਰ ਜਿਸ ਦਿਨ ਪਹਿਲੀ ਰਾਮਲੀਲਾ ਉੱਥੇ ਖੇਡੀ ਜਾਂਦੀ ਹੈ ਪਹਿਲੇ ਦੇਸ਼ ਦਾ ਰਾਸ਼ਟਰਪਤੀ ਰਾਮ ਨੂੰ ਤਿਲਕ ਦੇਣ ਵਾਸਤੇ ਆਉਂਦਾ ਅੱਜ ਵੀ ਚਾਹੇ ਉਹ ਰਾਸ਼ਟਰਪਤੀ ਮੁਸਲਮਾਨ ਹੋਵੇ ਜ਼ਾਕੁਰ ਹੁਸੈਨ ਆਉਂਦਾ ਸੀ ਫਖਰੁਦੀਨ ਅਲੀ ਅਹਿਮਦ ਨੂੰ ਮੈਂ ਦੇਖਿਆ ਤਿਲਕ ਲਾਉਂਦੇ ਆਇਆ ਰਾਮ ਨੂੰ ਚਾਹੇ ਹਿੰਦੂ ਹੋਵੇ ਅਤੇ ਚਾਹੇ ਮੁਸਲਿਮ ਹੋਵੇ ਸਿੱਖ ਨੂੰ ਤਾਂ ਅਜੇ ਮੌਕਾ ਦਿੱਤਾ ਹੀ ਨਹੀਂ ਸ਼ਾਇਦ ਕਦੀ ਦੇਣ ਵੀ ਨਾ ਲੇਕਿਨ ਤਿਲਕ ਲਾਉਂਦੇ ਰਹੇ ਨੇ ਇਹ ਸਿਲਸਿਲਾ ਮੈਂ ਉੱਥੇ ਦੇਖਿਆ ਤਾਂ ਮੈਂ ਉੱਥੇ ਚੰਦ ਸ਼ਬਦ ਕਹੇ ਬਈ ਇਹ ਰਾਮਲੀਲਾ ਗਰਾਊਂਡ ਹੈ ਅਤੇ ਰਾਮ ਨੂੰ ਇੱਥੇ ਸਟੇਜ 'ਤੇ ਪੇਸ਼ ਕੀਤਾ ਜਾਂਦਾ ਅਤੇ ਜੂੜੇ ਤੋਂ ਬਿਨਾਂ ਰਾਮ ਕਿੱਥੇ ਦਾੜੇ ਤੋਂ ਬਿਨਾਂ ਵਿਸ਼ਵਾਮਿੱਤਰ ਕਿੱਥੇ ਲੰਬੇ ਦਾੜੇ ਤੋਂ ਬਿਨਾਂ ਵਿਸ਼ਿਸ਼ਟ ਜੀ ਕਿੱਥੇ ਇਹ ਸਾਰਾ ਸਰੂਪ ਪੇਸ਼ ਕਰਨਾ ਪੈਂਦਾ ਅਤੇ ਜਿਹੜੀ ਰਾਮਲੀਲਾ ਕਮੇਟੀ ਹੈ ਨਾ ਇੱਥੋਂ ਦੀ ਉਹ ਫਿਰ ਬਾਜ਼ਾਰੋਂ ਜੂੜੇ ਖਰੀਦ ਕੇ ਲਿਆਉਂਦੀ ਹੈ ਅਤੇ ਦਾੜੀਆਂ ਖਰੀਦ ਕੇ ਲਿਆਉਂਦੀ ਹੈ ਅਤੇ ਮੈਂ ਉੱਥੇ ਇਹ ਚੰਦ ਸ਼ਬਦ ਵੀ ਕਹੇ ਬਈ ਮਦਰਾਸ ਦੇ ਅਤੇ ਜੈਪੁਰ ਦੇ ਵਿੱਚ ਜਿੱਥੇ ਦਾੜੀਆਂ ਬਣਦੀਆਂ ਨੇ ਜੂੜੇ ਬਣਦੇ ਨੇ ਮੈਂ ਉਹ ਕਾਰਖਾਨੇ ਵੇਖੇ ਨੇ ਉੱਥੇ ਕੁਛ ਤੇ ਬੰਦਿਆਂ ਦੇ ਵਾਲ ਆਉਂਦੇ ਨੇ ਅਤੇ ਕੁਛ ਗਊ ਦੀ ਪੂੰਛ ਦੇ ਵਾਲ ਘੋੜੇ ਦੇ ਪੂੰਛ ਦੇ ਵਾਲ ਇਕੱਠੇ ਕਰਕੇ ਦਾੜੀਆਂ ਬਣਾਈਆਂ ਜਾਂਦੀਆਂ ਜੂੜੇ ਬਣਾਏ ਜਾਂਦੇ ਅਤੇ ਉੱਥੇ ਮੈਂ ਕਹਿ ਦਿੱਤਾ ਮੈਂ ਕਿਹਾ ਅਸਲੀ ਭਾਰਤ ਦੇ ਵਾਸੀ ਅਸੀਂ ਹਾਂ ਬਾਕੀ ਸਭ ਨਕਲੀ ਨੇ ਕਿਉਂ ਸਾਡੇ ਸਿਰ 'ਤੇ ਜੂੜਾ ਰਾਮ ਵਰਗਾ ਸਾਡੇ ਮੁਖੜੇ 'ਤੇ ਦਾੜੀ ਵਿਸ਼ਵਾਮਿੱਤਰ ਵਾਲੀ ਵਿਸ਼ਿਸ਼ਟ ਜੀ ਤੁਸੀਂ ਤਾਂ ਸਾਰੇ ਭਾਰਤ ਦਾ ਪੁਰਾਣਾ ਰੂਪ ਹੀ ਗਵਾ ਬੈਠੇ ਕਿ ਤੁਸੀਂ ਹੱਕ ਕੀ ਰੱਖਦੇ ਹੋ ਭਾਰਤ ਦੇ ਮਾਲਕ ਬਣਨ ਦੇ ਇਹਦੇ ਸਰਪ੍ਰਸਤ ਬਣਨ ਦੇ ਨਾ ਤੁਹਾਡੇ ਕੋਲ ਰੰਗ ਨਾ ਤੁਹਾਡੇ ਕੋਲ ਰੂਪ ਸਾਡੇ ਕੋਲ ਭਾਰਤ ਦਾ ਰੂਪ ਹੈ ਸਾਡੇ ਕੋਲ ਭਾਰਤ ਦੀ ਸੰਸਕ੍ਰਿਤੀ ਹੈ ਸਾਡੇ ਕੋਲ ਭਾਰਤ ਦਾ ਗਿਆਨ ਹੈ ਅਤੇ ਭਾਰਤ ਵਾਸਤੇ ਕੀਤੀਆਂ ਹੋਈਆਂ ਕੁਰਬਾਨੀਆਂ ਨੇ ਤੁਹਾਡੇ ਕੋਲ ਕੱਖ ਵੀ ਕੋਈ ਨਹੀਂ ਬਣ ਗਏ ਉਹ ਲੱਖਾਂ ਦੇ ਸਾਡੇ ਕੋਲ ਲੱਖ ਨੇ ਪਰ ਬਣ ਗਏ ਕੱਖਾਂ ਦੇ ਗੱਲ ਕੁਛ ਉਲਟੀ ਹੋ ਗਈ ਅਤੇ ਇੱਕ ਸੱਜਣ ਮੇਰੀ ਬਾਰ ਬਾਰ ਲੱਤ ਖਿੱਚੇ ਉਹਦੀ ਲੱਤ ਖਿੱਚਣ ਤੋਂ ਮੁਰਾਦ ਇੰਨੀ ਸੀ ਬਈ ਐਮਰਜੈਂਸੀ ਲੱਗੀ ਹੋਈ ਹੈ ਢੰਗ ਨਾਲ ਬੋਲ ਗੱਲ ਜਿਹੜੀ ਸੀ ਇਤਨੀ ਸੀ ਜਜ਼ਬਾਤ ਕਦੀ ਕਦੀ ਉਛਲ ਪੈਂਦੇ ਨੇ ਅਤੇ ਮੈਂ ਆਖਾਂ ਮਨਾਈ ਜਾ ਰਹੀ ਹੈ ਅੱਜ ਸ਼ਹਾਦਤ ਜੋ ਹੈ ਦਿਵਸ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਭਾਰਤ ਦੇ ਪੁਰਾਣੇ ਤਿਲਕ ਨੂੰ ਬਚਾਉਣ ਦੀ ਖਾਤਰ ਭਾਰਤ ਦੇ ਪੁਰਾਣੇ ਜੋ ਹੈ ਜਨੇਊ ਨੂੰ ਬਚਾਉਣ ਦੀ ਖਾਤਰ ਜਨੇਊ ਅਤੇ ਤਿਲਕ ਦੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਕੋਈ ਪੁਜਾਰੀ ਨਹੀਂ ਮੈਂ ਇੰਨੀ ਅਰਜ਼ ਕਰਦੇ ਹਾਂ 9 ਸਾਲ ਦੇ ਗੁਰੂ ਨਾਨਕ ਨੇ ਅਤੇ ਬ੍ਰਾਹਮਣ ਜਨੇਊ ਪਹਿਨਾਉਣਾ ਚਾਹੁੰਦਾ ਇਨਕਾਰੀ ਨਹੀਂ ਪਹਿਨਣਾ 9 ਸਾਲ ਦੇ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਅਤੇ ਆਪਣੇ ਪਿਤਾ ਨੂੰ ਕਹਿੰਦੇ ਨੇ ਕਿ ਤਿਲਕ ਨੂੰ ਅਤੇ ਜਨੇਊ ਨੂੰ ਬਚਾਉਣ ਦੀ ਖਾਤਰ ਕੁਰਬਾਨੀ ਦੇਣੀ ਪਏਗੀ ਦਿਓ ਔਰ ਇਹ ਵਿਰੋਧੀ ਇਤਿਹਾਸ ਹੈ ਉੱਧਰ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਨੇ ਇੱਧਰ ਗੁਰੂ ਨਾਨਕ ਦੇਵ ਜੀ 9 ਸਾਲ ਦੇ ਨੇ ਹੈਰਾਨਗੀ ਹੈ ਮੇਲ ਕਿਸ ਤਰ੍ਹਾਂ ਖਾ ਗਈ ਇਹ ਗੱਲ ਘਰ ਦੇ ਸਾਰੇ ਬੇਦੀ ਇਕੱਠੇ ਹੋਏ ਨੇ ਪਿਤਾ ਕਾਲੂ ਜੀ ਵੱਡੇ ਬ੍ਰਾਹਮਣ ਨੂੰ ਬੁਲਾ ਲਿਆ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਹੋਏ ਨੇ ਬੱਚੇ ਦਾ ਯੱਗੋ ਪਵੀਤ ਕਰਾਉਣਾ ਜਨੇਊ ਪਹਿਨਾਉਣਾ ਅਤੇ ਬੱਚਾ ਖੜਾ ਹੋ ਗਿਆ ਕਹਿੰਦਾ ਨਹੀਂ ਮੈਂ ਨਹੀਂ ਪਹਿਨਣਾ ਕਿਸੇ ਕੀਮਤ 'ਤੇ ਨਹੀਂ ਪਹਿਨਣਾ ਮੈਂ ਇਸ ਤਰ੍ਹਾਂ ਦੇ ਜਨੇਊ ਨੂੰ ਧਾਰਨ ਕਰਨ ਵਾਸਤੇ ਜਗਤ ਵਿੱਚ ਨਹੀਂ ਆਇਆ ਖੈਰ ਲੰਬੀ ਚੌੜੀ ਉੱਥੇ ਵਾਰਤਾ ਹੋਈ ਸਤਿਗੁਰ ਦੇ ਬਚਨ ਦਰਜ ਨੇ ਪਰ ਜਦ ਤਿਲਕ ਅਤੇ ਜਨੇਊ ਦਾ ਮਸਲਾ ਬ੍ਰਾਹਮਣਾਂ ਦਾ ਮਸਲਾ ਬੜਾ ਪੇਚੀਦਾ ਹੋਇਆ ਉਦੋਂ 9 ਸਾਲ ਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਨਹੀਂ ਇਹ ਬਚਾਉਣਾ ਦਰਅਸਲ ਗੱਲ ਕੀ ਹੈ ਬ੍ਰਾਹਮਣ ਜਬਰਨ ਜਨੇਊ ਪਹਿਨਾਉਣਾ ਚਾਹੁੰਦਾ ਸੀ ਅਤੇ ਔਰੰਗਜ਼ੇਬ ਜਬਰਨ ਉਤਾਰਨਾ ਚਾਹੁੰਦਾ ਸੀ ਗੁਰੂ ਨਾਨਕ ਨੇ ਕਹਿ ਦਿੱਤਾ ਜਬਰਨ ਪਹਿਨਣਾ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਜਬਰਨ ਨਹੀਂ ਉਤਾਰਨ ਦੇਣਾ ਕਿਸੇ ਕੀਮਤ 'ਤੇ ਨਹੀਂ ਉਤਾਰਨ ਦੇਣਾ ਸੁਤੰਤਰਤਾ ਹਰ ਇੱਕ ਦੀ ਆਪਣੀ ਸੁਤੰਤਰਤਾ ਅਤੇ ਜਿਸ ਨੇ ਭਾਰਤ ਵਾਸੀਆਂ ਨੂੰ ਸੁਤੰਤਰਤਾ ਲੈ ਕੇ ਦਿੱਤੀ ਮੈਨੂੰ ਹੈਰਾਨਗੀ ਹੈ ਅੱਜ ਉਸ ਦੀ ਉਮਤ ਨੂੰ ਇਹ ਪਤੰਤਰ ਰੱਖਣਾ ਚਾਹੁੰਦੇ ਨੇ
ਉਹਦੀ ਉਮਤ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ, ਉਹਦੀ ਉਮਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ। ਭਾਰਤ ਦੇ ਸਿਰਫ ਅਸੀਂ ਮਾਣ ਕਰ ਸਕਦੇ ਹਾਂ, ਸਾਡੇ ਕੋਲ ਰਿਸ਼ੀ ਮੁਨੀਆਂ ਦਾ ਰੂਪ ਹੈ, ਸਾਡੇ ਕੋਲ ਰਿਸ਼ੀ ਮੁਨੀਆਂ ਦੀ ਸੰਸਕ੍ਰਿਤੀ ਹੈ। ਰਾਮ ਧਨੁਸ਼ਧਾਰੀ ਨੇ ਸੁਦਰਸ਼ਨ ਚੱਕਰ ਹੱਥ ਤੇ ਰੱਖਦਾ ਸ਼੍ਰੀ ਕ੍ਰਿਸ਼ਨ, ਤ੍ਰਿਸ਼ੂਲ ਹੈ ਮਹਾਦੇਵ ਦੇ ਕੋਲ, ਪਰਸ਼ਰਾਮ ਰੱਖਦਾ ਬਰਛਾ, ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਸਤਰਧਾਰੀ ਬਣਾ ਦਿੱਤਾ ਤੇ ਸਾਡੀ ਕਿਰਪਾਨ ਦੇ ਤੇ ਤੁਹਾਨੂੰ ਔਖਿਆਈ ਕੀ ਹੋ ਰਹੀ ਹੈ? ਪੇਟ 'ਚ ਪੀੜਾ ਕਿਉਂ ਹੋ ਰਹੀ ਹੈ? ਤੁਹਾਡੇ ਸਾਰੇ ਅਵਤਾਰ ਸ਼ਸਤਰਧਾਰੀ ਨੇ, ਤੁਹਾਡੇ ਤਮਾਮ ਅਵਤਾਰ ਕੇਸਾਧਾਰੀ ਨੇ, ਪਰ ਕੀ ਕਰੀਏ, ਸਾਡੇ ਵਿੱਚੋਂ ਹੀ ਕੁਛ ਬੂਟੇ ਐਸੇ ਪੈਦਾ ਹੋ ਜਾਂਦੇ ਨੇ ਕਮਲਾ ਦੇ, ਤੇ ਜਦੋਂ ਸਾਡੇ ਵਿੱਚੋਂ ਹੀ ਕੁਛ ਰੂਪ ਨੂੰ ਵੇਖਦੇ ਨੇ, ਨਾ ਸ਼ਸਤਰ, ਨਾ ਬਸਤਰ, ਨਾ ਕੇਸ, ਨਾ ਕਿਹੜੀ ਗੱਲ ਦਾ ਮਾਣ ਕਰਦੇ? ਇਸ ਤਰ੍ਹਾਂ ਦਾ ਵੀ ਸਿੱਖ ਹੋ ਸਕਦਾ? ਤੇ ਇਸ ਤਰ੍ਹਾਂ ਦੇ ਸਿੱਖ ਨੂੰ ਪਤਾ ਕੀ ਕਹਿੰਦੇ ਨੇ? ਮਾਡਰਨ ਸਿੱਖ। ਤੇ ਉਹ ਕਹਿਣ ਲੱਗ ਪੈਣ ਮਾਡਰਨ ਸਿੱਖ ਨਹੀਂ, ਮਾਡਰਨ ਮਨਮੁੱਖ ਹੋ ਸਕਦਾ ਗੁਸਤਾਖੀ ਮਾਫ, ਮਾਡਰਨ ਸਿੱਖ ਨਹੀਂ ਹੁੰਦੇ। ਸਿੱਖੀ ਪੁਰਾਤਨਤਾ ਨਾਲ ਜੁੜੀ ਹੋਈ ਹੈ। ਸੂਰਜ ਅਨੰਤ ਕਾਲ ਤੋਂ ਚਾਨਣਾ ਦੇ ਰਿਹਾ, ਨਵਾਂ ਚਾਹੀਦਾ? ਕਹਿੰਦਾ ਹਰ ਗੱਲ ਨਵੀਂ ਚਾਹੀਦੀ, ਤੇ ਬਦਲੋ ਸੂਰਜ ਨੂੰ, ਫਿਰ ਨਵਾਂ ਚਾਹੀਦਾ ਇਹ ਨਹੀਂ ਚਾਹੀਦਾ? ਵਕਤ ਦੇ ਨਾਲ ਜੀ ਬਦਲੋ ਜੀ, ਸਮੇਂ ਦੇ ਨਾਲ ਬਦਲੋ, ਤੇ ਹੁਣ ਸੂਰਜ ਨੂੰ ਪਹਿਲੇ ਬਦਲੋ, ਇਹ ਤੇ ਉਹੀ ਹੈ, ਇਹ ਤੇ ਲੱਖਾਂ ਹਜ਼ਾਰਾਂ ਸਾਲਾਂ ਤੋਂ ਉਹੀ ਹੈ, ਉਹੀ ਰੋਸ਼ਨੀ ਦਿੰਦਾ ਪਿਆ, ਫਿਰ ਸਭ ਕੁਛ ਬਦਲੋ, ਇਹ ਜ਼ਮੀਨ ਨੂੰ ਬਦਲੋ, ਇਹ ਤੇ ਜ਼ਮੀਨ ਵੀ ਹੋਈ ਹੈ, ਪਹਾੜ ਵੀ ਹੋਏ ਨੇ, ਸੂਰਜ ਚੰਦ ਤਾਰੇ ਹੋਏ ਨੇ। ਦਰਅਸਲ ਜਗਤ ਦੇ ਜੋ ਨਹਿਚਲ ਹੈ ਸਦੀ ਵੀ ਇਹ ਕੁਛ ਖਾਸ ਕੰਮ ਕਰ ਰਿਹਾ, ਉਹਦੇ 'ਚ ਪਲਟਾ ਨਹੀਂ ਹੁੰਦਾ। ਮੈਂ ਇੰਨੀ ਅਰਜ਼ ਕਰਦੇ ਹਾਂ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਇੱਕ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਅਸੀਂ ਤੇ ਜ਼ਮਾਨੇ ਨੂੰ ਬਦਲਾਉਣ ਵਾਸਤੇ ਆਇਆ, ਖੁਦ ਕਿਉਂ ਬਦਲੇ? ਤੇ ਜਦ ਖੁਦ ਬਦਲਦੇ ਹਾਂ ਇਹ ਸਾਡੀ ਕਮਜ਼ੋਰੀ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਹਾਨ ਖਜ਼ਾਨਾ ਦਸੋਂ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ 'ਚ ਸਾਡੇ ਸਾਹਮਣੇ ਰੱਖਿਆ। ਸਦੀਆਂ ਤੋਂ ਅਸੀਂ ਪੂਜਾ ਜ਼ਰੂਰ ਕਰ ਰਹੇ ਹਾਂ, ਇਸ ਨੂੰ ਖੋਲ ਕੇ ਨਹੀਂ ਵੇਖਿਆ। ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਉਸੇ ਦਿਨ ਅਸੀਂ ਮਾਲਾ ਮਾਲ ਹੋਵਾਂਗੇ ਜਿਸ ਦਿਨ ਇਸ ਖਜ਼ਾਨੇ ਨੂੰ ਖੋਲਾਂਗੇ। ਤੇ ਇਹ ਖਜ਼ਾਨਾ ਜਦ ਸਾਡੇ ਅੰਦਰ ਬਾਣੀ ਦੇ ਰੂਪ 'ਚ ਵਸੇਗਾ, ਇਹ ਬਾਣੀ ਦੇ ਰੂਪ 'ਚ ਬਾਹਰ ਪ੍ਰਗਟ ਹੋਵੇਗਾ। ਇੰਨੀ ਮੈਂ ਅਰਜ਼ ਕਰਦੇ ਹਾਂ, ਲਾਜ਼ਮੀ ਸਿੱਖੀ ਦਾ ਅੰਦਰੀ ਸਰੂਪ ਹੈ ਬਾਣੀ ਦਾ ਰਸ ਮਾਣਨਾ, ਤੇ ਸਿੱਖੀ ਦਾ ਬਾਹਰ ਦਾ ਰੂਪ ਹੈ ਰਿਸ਼ੀ ਮੁਨੀਆਂ ਦਾ ਰੂਪ ਹੋ ਜਾਣਾ, ਸਾਧੂ ਸੰਤਾਂ ਦੀ ਸ਼ਕਲ ਹੋ ਜਾਣੀ। ਔਰ ਇਸ ਤਰ੍ਹਾਂ ਦਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਸਮੁੱਚੇ ਜਗਤ 'ਤੇ ਕੀਤਾ, ਔਰ ਮਹਾਨ ਗੁਰਦੇਵ ਅੱਜ ਦੇ ਦਿਨ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਹੋਏ, ਔਰ ਆਪਣੀ ਬਾਣੀ ਦੇ ਰਾਹੀਂ ਚਾਰੋਂ ਪਾਸੇ ਅੱਜ ਵੀ ਕਿਰਨਾਂ ਖਲੇਰ ਰਹੇ ਨੇ। ਅਤੇ ਜਿਵੇਂ ਅੰਧੇ ਬੰਦੇ ਨੂੰ ਸੂਰਜ ਤੋਂ ਚਾਨਣਾ ਨਹੀਂ ਮਿਲਦਾ, ਅਤੇ ਜਿਵੇਂ ਕੋਈ ਅੱਖਾਂ ਬੰਦ ਕਰ ਲਵੇ ਉਹਦਾ ਸੂਰਜ ਨਾਲ ਸੰਬੰਧ ਨਹੀਂ ਜੁੜਦਾ, ਇਸੇ ਤਰੀਕੇ ਨਾਲ ਖਿਮਾ ਕਰਨੀ ਹੰਕਾਰੀ ਰਸੀਆ ਜਗਤ ਵਿੱਚ ਫਸਿਆ ਹੋਇਆ ਮਨੁੱਖ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਬੈਠ ਕੇ ਵੀ ਇਸ ਅਗੰਮੀ ਕਿਰਨਾਂ ਤੋਂ ਵਾਂਝਾ ਰਹਿ ਜਾਏਗਾ, ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿ ਜਾਏਗਾ। ਹੁਣ ਅੱਖਾਂ ਬੰਦ ਕਰਕੇ ਸੂਰਜ ਦੇ ਕੋਲੋਂ ਨਾ ਬੈਠੋ, ਅੱਖਾਂ ਖੋਲ੍ਹ ਕੇ ਬੈਠੋ ਤਾਂ ਕਿ ਇਹ ਸ਼ਬਦ ਤੁਹਾਡੇ ਅੰਦਰ ਵਸੇ, ਅਤੇ ਸ਼ਬਦ ਦਾ ਰਸ ਜਿਉਂ ਅੰਦਰ ਵਸੇ ਅਤੇ ਬਾਣੇ ਦੇ ਰੂਪ ਵਿੱਚ ਬਾਹਰ ਪ੍ਰਗਟ ਹੋਵੇ। ਸਤਿਗੁਰ ਇਸ ਰੰਗ ਦੀਆਂ ਰਹਿਮਤਾਂ ਕਰਨ, ਇੰਨੇ ਹੀ ਬਚਨ ਪ੍ਰਵਾਨ ਕਰਨੇ, ਸਮਾਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ 'ਤੇ ਦਇਆ ਵਰਤਾਨ, ਸਾਰਿਆਂ ਦੇ ਉੱਤੇ ਆਪਣੀ ਮਿਹਰ ਭਰੇ ਕਲਾ ਵਰਤਾਨ, ਤਾਂ ਕਿ ਕੰਨਾਂ ਦੇ ਰਾਹੀਂ ਸ਼ਬਦ ਦਾ ਅੰਦਰ ਵਾਸਾ ਹੋਵੇ, ਬਾਣੀ ਦਾ ਅੰਦਰ ਵਾਸਾ ਹੋਵੇ, ਅਤੇ ਬਾਣੇ ਦੇ ਰਾਹੀਂ ਇਹ ਬਾਣੀ ਤਨ ਦੇ ਰਾਹੀਂ ਬਾਹਰ ਪ੍ਰਗਟ ਹੋਵੇ, ਅਤੇ ਦਸਾਂ ਗੁਰੂ ਸਾਹਿਬਾਨ ਮਾਣ ਨਾਲ ਕਹਿ ਸਕਣ ਇਹ ਹੁਣ ਆਪਣਾ ਹੀ ਰੂਪ ਹੋ ਗਿਆ, ਇਹਦੇ 'ਚ ਅਤੇ ਸਾਡੇ 'ਚ ਕੋਈ ਫਰਕ ਨਹੀਂ। ਅਤੇ ਫਿਰ ਮੈਂ ਅਰਜ਼ ਕਰਦੇ ਹਾਂ, ਜਦ ਵੀ ਤੁਹਾਡੇ ਨਾਲ ਜਗਤ ਦੇ 'ਚ ਕੋਈ ਚਰਚਾ ਕਰੇ, ਕਹਿਣਾ ਬਾਇਬਲ ਈਸਾ ਦੀ ਲਿਖੀ ਹੋਈ ਨਹੀਂ ਹੈ, ਰਾਮਾਇਣ ਰਾਮ ਦੀ ਲਿਖੀ ਹੋਈ ਕੋਈ ਨਹੀਂ, ਗੀਤਾ ਕ੍ਰਿਸ਼ਨ ਦੀ ਲਿਖੀ ਹੋਈ ਨਹੀਂ ਹੈ, ਵੇਦ ਬ੍ਰਹਮੇ ਦੇ ਲਿਖੇ ਹੋਏ ਨਹੀਂ ਹੈ, ਕੁਰਾਨ ਮੁਹੰਮਦ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਇਹ ਜਦੋਂ ਉਚਾਰਨ ਹੋਈਆਂ ਅਤੇ ਜਦੋਂ ਲਿਖੀਆਂ ਗਈਆਂ, ਕਿਧਰੇ ਹਜ਼ਾਰਾਂ ਸਾਲ ਦਾ ਵਕਫ ਹੈ, ਕਿਧਰੇ ਸੈਂਕੜੇ ਸਾਲ ਦਾ ਵਕਫ ਹੈ, ਉਹਨਾਂ ਦਾ ਹੂ ਬਹੂ ਉਹੀ ਰੂਪ ਨਹੀਂ ਹੈ, ਖੋ ਗਿਆ। ਸਿਰਫ ਇੱਕੋ ਇੱਕ ਗ੍ਰੰਥ ਹੈ ਜਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਦਾ ਸਹੀ ਰੂਪ ਹੈ, ਹੂ ਬਹੂ ਉਹੀ ਰੂਪ ਹੈ, ਔਰ ਜਿਹਦੇ 'ਚ ਇੱਕ ਸ਼ਬਦ ਨਾ ਘਟਾਇਆ ਗਿਆ ਨਾ ਵਧਾਇਆ ਗਿਆ। ਇਹ ਮਾਣ ਇਸ ਕੌਮ ਦੇ ਕੋਲ ਹੈ, ਔਰ ਇਸ ਮਾਣ ਨੂੰ ਸੰਭਾਲ ਕੇ ਰੱਖਣਾ ਹੈ, ਤਾਂ ਕਿ ਸਾਡਾ ਇਹ ਮਾਣ ਬਣਿਆ ਰਹੇ, ਹਮੇਸ਼ਾ ਬਣਿਆ ਰਹੇ। ਬੁੱਲ ਚੁੱਕ ਲਈ ਖਿਮਾ।